ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਗਾਂ ਚੋਣ ਲੱਗੇ ਹਾਂ ਸੋ ਦੇਖਿਓ ਕਿੱਦਾਂ ਚੋਣੇ ਗਾਂ ਟੈ 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 ਅੱਜ ਰਸੀ ਵਧੀਆ ਤਰੀਕੇ ਨਾਲ ਧੋ ਲੈਣਾ ਐ ਸਾਫ ਕਰਨਾ ਕਿ ਦੁੱਧ ਵਿੱਚ ਕੋਈ ਗੋਬਰ ਗੂਬਰ ਨਾ ਜਾਵੇ ਪਿਸ਼ਾਬ ਕਰ ਲੈਣ ਦੋ ਇਹਨਾਂ ਦਾ ਪਹਿਲਾ ਸੁਭਾਅ ਆ ਕਿ ਪਿਸ਼ਾਬ ਕਰ ਹੁਣ ਆਪਾਂ ਜਿਹੜਾ ਪਾਣੀ ਬਚਿਆ ਇਹਨੂੰ ਡੋਲ ਦੋ ਤੈ ਹੁਣ ਚੋਲੋ ਹਜੇ ਇਹਨੂੰ ਵੀ ਮੈਂ ਹੀ ਚੋਣਾ ਵਾ ਠਹਿਰ ਕੇ ਇਹਨੂੰ ਵੀ ਚੋਣਾ ਫਿਰ ਮੱਝ ਵੀ ਚੋਣੀ ਆ ਬੜਾ ਕੰਮ ਕਰਨਾ ਪੈਂਦਾ ਯਾਰ ਬੜਾ ਚੋਂਦੇ ਰਹੋ ਚੋਂਦੇ ਦੋ ਹੱਥਾਂ ਨਾਲ ਫੜ ਕੇ ਜਲਦੀ ਚੋਂ ਹੁੰਦਾ ਪਸੂ ਆਵੇ ਬਸ 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 ਡਰਦੀ ਆ ਡਰਦੀ ਕਿਉਂਕਿ ਮੈਂ ਕਦੀ ਚੋਈ ਨਹੀਂ ਨਾ ਮੰਮੀ ਚੋਂਦੀ ਆ ਇਹਨੂੰ ਹਜੇ ਆਪਾਂ ਟਕਾ ਕੇ ਇੱਕ ਹੱਥ ਨਾਲ ਚੌਂਕੇ ਰਹੇ ਹਾਂ ਕਿ ਡਰੇ ਨਾ ਬਸ ਅੱਖਾਂ ਵਿੱਚ ਪਾ ਕੇ ਗਾਂ ਨੂੰ ਨਾਲ ਨਾਲ ਗਾਣੇ ਸੁਣਾਏ ਜਾਈਏ ਜਿਹੜੇ ਕਿ ਸੈੱਟ ਹੋ ਕੇ ਦੁੱਧ ਦਿੰਦੀ ਜਾਏ ਉਹ ਚੜ੍ਹਦੀ ਗੁੱਡੀ ਦੇਖ ਕੇ ਪੱਟਣ ਨੂੰ ਫਿਰਦੀ ਹੈ ਪੁੱਤ ਜੱਟਦਾ ਹੋਇਆ ਜਵਾਨ ਕੁੜੀ ਜੱਟਦਾ ਹੋਇਆ ਜਵਾਨ ਕੁੜੀ ਪੱਟਣ ਨੂੰ ਫਿਰਦੀ ਹੈ ਯਾਰ ਮੇਰੇ ਸਾਰੇ ਟਰੱਕਾਂ ਵਾਲੇ ਸੌਕ ਵੀ ਖਾਣੇ ਬੜੇ ਟਾਈਮ ਕਰਦੇ ਸਟੈਪ ਬੈਟ ਉਹ ਖੜ ਜਾਂਦੇ ਮੂਹਰੇ ਆ ਕੇ ਸੋਇਆਲੇ ਨੇ ਉਹ 18 ਟੈਰੇ ਉੱਤੇ ਕੁੜੇ ਲਾਈਫ ਹੁੰਦੀ ਆ ਉੱਤੋਂ ਦੇ ਦੁਖੀ ਉੱਤੋਂ ਵਾਈਫ ਹੁੰਦੀ ਆ ਤਿੱਖੇ ਸਿੰਗਲ ਡਾਸੇ ਜਿਹੜੇ ਫਿੱਕੇ ਪੈ ਗਏ ਵਾਈਫ ਦੀ ਜਬਾਨ ਜਿਵੇਂ ਨਾਈਫ ਹੁੰਦੀ ਆ ਉਹ ਮਾਰਦੇ ਉਡਾਰੀਆਂ ਜਿੰਨਾ ਨਾਲ ਯਾਰੀਆਂ ਨੀ ਆ ਚ ਟਰੱਕ ਨੇ ਗਰਾਜ ਚ ਨਾਲੋ ਨਾਲ ਗਾਣੇ ਗਾਉਂਦੇ ਰਹੀ ਦਾ ਦਿਲ ਜਿਹਾ ਲੱਗਾ ਰਹਿੰਦਾ ਸਾਡਾ ਵੀ ਤੇ ਗਾਵਾਂ ਦਾ ਵੀ ਦੇਖੋ ਕਿਹੋ ਜਿਹੇ ਰੰਗ ਚੜੇ ਨੌਜਵਾਨਾਂ ਇੱਤੇ ਮਾਣ ਭੂਆ ਨਾ ਰਿਹਾ ਗੁਰੂ ਦੀਆਂ ਸ਼ਾਨਾਂ ਇੱਤੇ ਚਾਰ ਅੱਖਰਾਂ ਦੇ ਬੋਲਣੇ ਨਾ ਕੋਲ ਹੈ ਨੀ ਸਮਾਂ ਚਾਰ ਅੱਖਰਾਂ ਦੇ ਬੋਲਣੇ ਦਾ ਕੋਲ ਹੈ ਨੀ ਸਮਾਂ ਨਾਮ ਨੂੰ ਗੁਰਮੀਤ ਸਿੰਘ ਸੀ ਉਹ ਗੈਰੀ ਹੋ ਗਿਆ ਉਹ ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਜੇ ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ ਉੱਪਰ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਨਾਮ ਆਹ ਦੇਖੋ ਜੀ ਹੱਥ ਨੂੰ ਫੜਨਾ ਇੱਦਾਂ ਫਿਰ ਇਹਨੂੰ ਗੋਲ ਇੱਦਾਂ ਇਹਨੂੰ ਇੱਦਾਂ ਦਬਾ ਦੇਣਾ ਲੰਮੀ ਤਾਰ ਐ ਪਸ਼ੂ ਨੂੰ ਦਰਦ ਨਾ ਹੋਵੇ ਪਿਆਰ ਨਾ ਉੱਪਰ ਨੂੰ ਲਿਜਾ ਕੇ ਦਬਾ ਦੇਣਾ ਥੋੜ੍ਹਾ ਜਿਹਾ ਹਲਕਾ ਹਲਕਾ ਬਸ ਅਤੇ ਤਾਰ ਐਨ ਤੇਜ਼ ਤਲਵਾਰ ਵਾਂਗੂ ਦੇਖੋ ਹੱਥ ਦੇਖੋ ਤਾਰ ਵਾਂਗੂ ਐਨ ਮੇਰੇ ਹੱਥ ਇੱਦਾਂ ਪੀਂਦਾ ਰਹਿੰਦਾ ਬੋਡੀ ਬਣਦੀ ਸਿਹਤ ਚੰਗੀ ਬਣਦੀ
ਚਾਲ ਜੀ ਦੁੱਧ ਲਿਆ ਆਪਾਂ ਚੋ ਅਨੁਭਵ ਬੰਦ ਨਾ ਕਰੀ ਚੰਗਾ ਇੱਧਰ ਕਰ ਦੁੱਧ ਲਿਆ ਆਪਾਂ ਚੋ ਹੁਣ ਇਹ ਜਿਹੜਾ ਦੁੱਧ ਆ ਮੈਂ ਰੈਸਲਿੰਗ ਕਰਦਾ ਨਾਲ ਨਾਲ ਕਬੱਡੀ ਕਰਦਾ ਇਹ 2 ਕਿਲੋ ਆ ਅਤੇ ਕਿਲੋ ਲੈਣਾ ਹੁਣ ਮੈਂ ਪੀ ਤੁਹਾਡੇ ਸਾਹਮਣੇ ਅਤੇ ਕਿਲੋ ਸਵੇਰੇ ਪੀ ਲੈਣਾ ਇੱਦਾਂ ਦੁੱਧ ਪੀਨੇ ਬਹੁਤ ਵਧੀਆ ਅਤੇ ਕੋਈ ਨਹੀਂ ਸ਼ੇਰਾਂ ਦੇ ਮੂੰਹ ਲਿਬੜੇ ਹੁੰਦੇ ਬਾਅਦ ਮੂੰਹ ਧੋਲਾਂਗੇ ਅਤੇ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਲਾਈਕ ਕਰ ਦਿਓ ਅਤੇ ਬੈਲ ਆਈਕਨ ਨੂੰ ਦਬਾ ਦਿਓ ਠੀਕ ਹੈ ਜੀ ਓਕੇ ਬਾਏ ਬਾਏ ਕੱਲ੍ਹ ਫਿਰ ਨਵੀਂ ਵੀਡੀਓ ਲੈ ਕੇ ਆਵਾਂਗੇ ਅਤੇ